ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਡੁਗਰੀ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ, ਤਰਨ ਤਾਰਨ ਜ਼ਿਲ੍ਹੇ ਦਾ ਜਿਹੜਾ ਦੋਸਤੋ ਪਿੰਡ ਆ ਡੁਗਰੀ। ਢੋਟੀਆਂ ਤੋਂ ਜੇਕਰ ਦੋਸਤੋ ਦੂਰੀ ਦੇਖੀਏ ਤਾਂ 12 ਕਿਲੋਮੀਟਰ ਬਿਲਕੁਲ ਢੋਟੀਆਂ ਦੇ ਨਾਲ ਰਲਿਆ ਮਿਲਿਆ ਜਿਹੜਾ ਦੋਸਤੋ ਪਿੰਡ ਆ ਡੁਗਰੀ, ਅਤੇ ਢੋਟੀਆਂ ਦੀ ਵੈਸੇ 1 ਕਿਲੋਮੀਟਰ ਦੀ ਦੂਰੀ ਆ, ਸਿਰੋਂ ਤਕਰੀਬਨ ਦੋਸਤੋ 3 ਕੁ ਕਿਲੋਮੀਟਰ ਦੀ ਦੂਰੀ ਆ। ਇੱਕ ਪਾਸੇ ਜੇਕਰ ਨਸ਼ਹਿਰੇ ਦੀ ਗੱਲ ਕਰੀਏ ਤਾਂ ਬਿਲਕੁਲ ਰੋਡ ਤੋਂ ਹਟਵਾਂ ਜਿਹੜਾ 205 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ, ਅਤੇ ਖਾਸ ਵਿਜ਼ਿਟ ਤੁਸੀਂ ਆ ਪਿੰਡ ਡੁਗਰੀ ਕਰਨੀ ਆ। ਇੱਕ ਵੈੜ ਜਿਹੜੀ ਆ ਦੋਸਤੋ ਤੁਹਾਨੂੰ ਇਸ ਘਰੋਂ ਦਿਖਾ ਦਾਂਗੇ, ਵੈੜ ਬਿਲਕੁਲ ਤਾਜ਼ੀ ਸੂਈ ਸਵਾਈ ਆ, ਕਿੰਨਾ ਮਿਲਕ ਆ, ਕੀ ਰੇਟ ਭਾਅ ਪੜਦਾ ਰਹੇਗਾ, ਪੂਰੀ ਡਿਟੇਲ ਜਿਹੜੀ ਆ ਵੀਰ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਦੋਸਤੋ 19 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਕੋਈ ਦੁਪਹਿਰ ਦਾ ਸਮਾਂ 1:30 ਵਜੇ ਦਾ ਹੈਗਾ, 1:30 ਦਾ ਸਮਾਂ। ਸੋ ਜਿਸ ਵੀ ਕਿਸਾਨ ਵੀਰ ਨੂੰ, ਫਾਰਮਰ ਵੀਰ ਨੂੰ ਵੈੜ ਪਸੰਦ ਆਵੇਗੀ, ਆਪਣੀ 1 ਟਾਈਮ 2 ਟਾਈਮ ਚੁਆਈ ਆ, ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ। ਠੀਕ ਆ, ਆਓ ਕਰਦੇ ਹਾਂ ਗੱਲਬਾਤ, ਪੂਰੀ ਡਿਟੇਲ ਲੈ ਲੈਂਦੇ ਹਾਂ ਵੀਰ ਦੇ ਕੋਲੋਂ, ਪੁੱਛਦੇ ਹਾਂ। ਸਭ ਤੋਂ ਪਹਿਲਾਂ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ, ਹੋਰ ਠੀਕ ਠਾਕ ਭਰਾ ਜੀ? ਅੱਛਾ, ਇੱਕ ਵੀਰੇ ਆਪਣਾ ਨਾਮ ਜਦ ਦੱਸ ਦਿਓ। ਨਾਮ ਵੀਰੇ ਮੇਰਾ ਸਿਮਰਨਜੀਤ ਸਿੰਘ। ਠੀਕ ਆ ਜੀ, ਠੀਕ ਆ। ਸਿਮਰਨਜੀਤ ਵੀਰੇ, ਪਸ਼ੂ ਜਿੱਦਾਂ ਤੁਸੀਂ ਦੱਸਿਆ ਸੀਗਾ ਮੈਨੂੰ ਵੀ ਘਰੇਲੂ ਪਸ਼ੂ ਆ ਸਾਰੇ। ਹਾਂਜੀ, ਘਰੇਲੂ ਪਸ਼ੂ ਵੀਰੇ, ਆਪਣਾ ਵਪਾਰ ਦਾ ਕੰਮ ਨੀਗਾ। ਅਤੇ ਫਿਲਹਾਲ ਅੱਜ ਘਰੇਲੂ ਪਸ਼ੂਆਂ ਦੇ ਵਿੱਚੋਂ ਇੱਕ ਵੈੜ ਬਿਲਕੁਲ ਤਿਆਰ ਸੀ ਆਪਣੇ ਕੋਲ, ਤਾਜ਼ੀ ਸੂਈ ਆ। ਹਾਂਜੀ, 14 ਦਿਨ ਹੋ ਗਏ ਸੂਈ ਨੂੰ। 14 ਕੁ ਦਿਨ ਦਾ ਸਮਾਂ ਹੋ ਗਿਆ ਐਚਐਫ ਬ੍ਰਿੰਡ ਦੇ ਵਿੱਚ। ਠੀਕ ਆ, ਅਤੇ 14 ਕੁ ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ, ਆਹ ਪੂਰਾ ਜਿਹੜਾ ਸਰੀਰਕ ਢਾਂਚਾ ਤੁਸੀਂ ਵੈੜ ਦਾ ਦੇਖ ਲਓ, ਵੱਡੇ ਕੱਦਗੜ ਦੇ ਵਿੱਚ ਆ ਦੋਸਤੋ। ਜੇਕਰ ਪਿਓਰਿਟੀ ਦੀ ਗੱਲ ਕਰੀਏ ਤਾਂ ਐਚਐਫ ਵੈੜ ਹੈਗੀ ਆ। ਠੀਕ ਆ, ਅਤੇ ਸੂਆ ਵੀਰ ਸਮਝ ਗਿਆ, ਸੂਆ ਸੂਆ ਤੀਜਾ ਸੂਆ ਸੂਈ 6 ਦੰਦ। ਠੀਕ ਆ ਜੀ, ਮੂੰਹੋਂ 6 ਦੰਦ ਆ ਦੋਸਤੋ, ਤੀਜਾ ਸੂਆ ਸੂਈ, ਅਤੇ ਘਰ ਦੀ ਵੈੜ ਹੈ। ਪਹਿਲੇ ਸੂਏ ਜੀ, ਪਹਿਲਾ ਦੂਜਾ ਸੂਆ ਆਪਾਂ ਪੀਤਾ, ਨਹੀਂ ਆਪਾਂ ਨੇ ਪੀਤਾ, ਆਪਾਂ ਲੈ ਗਏ ਅੱਗੋਂ ਖਰੀਦੀ ਸੀ ਆਪਾਂ। ਅਤੇ ਬਾਕੀ ਸਿਮਰਨ ਭਾਈ, ਜੇਕਰ ਆਪਾਂ ਚੁਆਈ ਦੀ ਗੱਲ ਕਰੀਏ ਤਾਂ ਕਿਹੋ ਜਿਹੀ ਚੁਆਈ ਹੈ ਵੀਰੇ? ਵਧੀਆ, ਐਂ ਬਿਲਕੁਲ ਮੱਠੀ ਵਾਲਾ ਥਾਣ ਆ, ਠੰਡੀ ਆ, ਜਿੱਦਾਂ ਮਰਜ਼ੀ ਭਾਵੇਂ ਬੱਚੇ ਹੱਥ ਲਾਈ, ਕੋਈ ਚੱਕਰ ਨਹੀਂ। ਆਹ ਦੇਖੋ, ਜਿੱਦਾਂ ਮਰਜ਼ੀ ਹੱਥ ਲਾ, ਭਾਵੇਂ ਬਹਿ ਜਾਓ ਉਲਟੇ ਬੰਨੇ ਬਹਿ ਜਾਓ, ਜਿੱਦਾਂ ਮਰਜ਼ੀ, ਕੋਈ ਚੱਕਰ। ਆਹ ਦੇਖੋ ਜੀ, ਠੀਕ ਆ। ਅਤੇ ਤਕਰੀਬਨ ਹੁਣ ਆਪਾਂ ਜਿਹੜੇ ਕਿਸੇ ਭੈਣ ਭਰਾ ਨੇ, ਖਰੀਦਦਾਰ ਨੇ ਖਰੀਦਣੀ ਆ ਬੈਡ, ਵੀ ਕਿੰਨਾ ਮਿਲਕ ਜਿਹੜਾ ਉਹਨਾਂ ਨੇ ਚੂ ਲੈਣਾ? 15 ਲੀਟਰ ਹੈਗਾ ਇਹਦਾ, ਸ਼ਾਮਾਂ ਨੂੰ ਹੁੰਦਾ ਦਿਨ ਵੱਡੇ ਦਾ ਕਰਕੇ 8 ਲੀਟਰ, ਸਵੇਰ ਵੇਲੇ 7 ਲੀਟਰ, ਜਿਹੜਾ ਆਪਾਂ ਲੀਟਰ ਨਾ ਮਿਣ ਕੇ ਦੇ ਸਕਦੇ। ਬਿਲਕੁਲ, ਕੋਈ ਅੰਦਾਜ਼ੇ ਵਾਲਾ ਨਹੀਂ, ਵੀ ਮੈਂ ਕਹਿੰਦਾ ਵੀ 17-18, 15 ਲੀਟਰ ਬਿਲਕੁਲ ਡਨ ਹੋਊ। 15 ਕਿਲੋ, 15 ਲੀਟਰ ਜਿਹੜਾ, ਹਾਂਜੀ, ਸਵੇਰੇ ਸ਼ਾਮ, ਸਵੇਰੇ ਸ਼ਾਮ। ਅਤੇ ਬੱਚਾ ਥੱਲੇ, ਬੱਚੀ ਹੈ ਜੀ। ਠੀਕ ਹੈ, ਆਹ ਜਿਹੜਾ ਦੋਸਤੋ ਥੱਲੇ ਬੱਚਾ ਤੁਸੀਂ ਵੇਖ ਸਕਦੇ ਹੋ, ਫੀਮੇਲ ਕਾਫ ਆ, ਠੀਕ ਆ, ਬੱਚੀ ਆ ਥੱਲੇ। ਅਤੇ 13 ਕੁ ਦਿਨ ਦਾ ਜਿਹੜਾ ਨੈੱਟ ਸਮਾਂ ਹੈ, ਠੀਕ ਆ, 2 ਕੁ ਹਫ਼ਤੇ ਦਾ ਤੁਸੀਂ ਸਮਾਂ ਮੰਨ ਕੇ ਸੌਦਾ ਕਰ ਸਕਦੇ ਹੋ, ਵੇਖ ਸਕਦੇ ਹੋ ਘਰ ਪਹੁੰਚ ਕੇ। ਮਗਰ ਬੱਚੀ ਆ, ਬਿਲਕੁਲ ਬ੍ਰੀਡ ਦੇ ਵਿੱਚ ਬੱਚੀ ਆ ਐਚਐਫ, ਠੀਕ ਆ। ਅਤੇ ਆਹ ਵੈੜ ਆ, ਫੁੱਲ ਵੱਡੀ ਹਾਈਟ ਆ, ਕੱਦ ਕਾਠੀ ਵੱਲੋਂ ਵੀ ਚੰਗੀ ਆ। ਅਤੇ ਥਾਣ ਦੇ ਬੈਕ ਵਾਰੀ ਮੈਂ ਤੁਹਾਨੂੰ ਫਿਰ ਦਿਖਾਉਣਾ, ਬਾਅਦ 'ਚ ਤੁਹਾਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਆਪਾਂ ਤੋਰ ਕੇ ਜਿਹੜਾ ਦੋਸਤੋਂ ਦਿਖਾਵਾਂਗੇ, ਠੀਕ ਆ। ਅਤੇ ਠੰਡੀ ਧੇਰੀ ਵੀਰਾਂ ਦਾ ਵੀ ਪੂਰੀ ਆ, ਜਿਹੜੇ ਬੰਨਿਓ ਮਰਜ਼ੀ ਕੋਈ ਭੈਣ ਕੋਈ ਵੀਰ, ਬੜੇ ਆਰਾਮ ਨਾਲ ਜਿਹੜੀ ਤੁਸੀਂ ਆ ਚੁਆਈ ਕਰ ਸਕਦੇ ਹੋ, ਠੀਕ ਆ। ਥਾਣ ਥੋਂ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ, ਮੁੱਠੀ ਵਾਲਾ ਥਾਣਾ ਦੋਸਤੋ, ਸਪੇਸ ਵਿੱਚੋਂ ਜਿੰਨੀ ਹੈਗੀ ਆ। ਅਤੇ ਹਰ ਇੱਕ ਵੀਰਾਂ ਨੇ, ਕਿਸਾਨ ਵੀਰਾਂ ਨੇ ਜਿਹੜੀ ਤੁਸੀਂ ਦੇਖ ਲੈਣੀ ਆ, ਅਤੇ ਚੁਆਈ ਚੰਗੀ ਆ, 15 ਲੀਟਰ ਆ। ਵੀ ਇੱਕ ਹੁੰਦੀ ਆ ਦੋਸਤੋ ਕਹਿਣ ਵਾਲੀ ਗੱਲ, ਵੀ ਕਹਿ ਕੇ 15 ਦਿਨ ਤੋਂ ਨਿਕਲਣਾ ਥੋੜ੍ਹਾ, ਪਰ ਇੱਥੇ ਉਨਾ ਕੁ ਦੱਸਿਆ ਜਾਊਗਾ ਜਿੰਨਾ ਕੁ ਕੋਈ 2 ਟਾਈਮ ਆਪਣੀ ਚੁਆਈ ਕਰ ਲਏ, ਕੋਈ 3 ਟਾਈਮ ਚੁਆਈ ਕਰ ਲਏ, ਜਿੰਨਾ ਆਪਣੀ ਤਸੱਲੀ ਨਾ ਖੜੇ ਜੀ। ਬਿਲਕੁਲ ਜੀ, ਬਿਲਕੁਲ।
ਹਾਂਜੀ ਕੋਈ ਲਾਮੇ ਵਾਲਾ ਕੰਮ ਨਹੀਂ ਬਿਲਕੁਲ, ਬਾਕੀ ਖੋਲ੍ਹ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ। ਹਾਂ ਦਿਖਾਈਏ ਜੀ ਤੋੜ ਕੇ ਭੈਣ ਭਰਾਵਾਂ ਨੂੰ, ਅਤੇ ਆਹ ਜਿਹੜਾ ਦੋਸਤੋ ਖੋਲ੍ਹ ਕੇ ਆਪਾਂ ਤਸੱਲੀ ਨਾਲ ਤੋੜ ਕੇ ਦਿਖਾਉਣੇ ਆ, ਅਤੇ ਚੰਗੀ ਵੈੜ ਹੋਵੇਗੀ ਦੋਸਤੋ। ਘਰੇਲੂ ਵੀਰ ਨੇ ਘਰੇ ਖਰੀਦਣੀ ਆ ਰੱਖਣੀ ਆ ਤੁਸੀਂ, ਅਤੇ ਘਰੇਲੂ ਜਗ੍ਹਾ ਦੇ ਉੱਪਰ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਘਰੇਲੂ ਘਰੋਂ ਕਿਸੋਂ ਪਸ਼ੂ ਲਈਏ, ਠੀਕ ਆ। ਆਹ ਕਰੋ ਚੈੱਕ ਜੀ, ਫੁੱਲ ਵੱਡੀ ਹਾਈਟ ਕਰਦਾ, ਅਤੇ ਹਵਾਨਾ ਜਿਹੜਾ ਦੋਸਤੋ ਟਾਈਮ ਦੇ ਅਕੋਰਡਿੰਗ ਤੁਸੀਂ ਜਿਹੜਾ ਜੱਜਮੈਂਟ ਕਰ ਸਕਦੇ ਹੋ। ਟਾਈਮ 1:30 ਵਜੇ ਦਾ, 1:30 ਦਾ ਸਮਾਂ ਹੋਇਆ, ਠੀਕ ਹੈ। ਹੁਣ ਆਹ ਦੇਖੋ ਜੀ, ਬੱਚਾ ਕੋਈ ਫੀਮੇਲ ਕਾਪ ਤੁਸੀਂ ਫਿਰ ਦੇਖ ਸਕਦੇ ਹੋ ਥੱਲੇ, ਠੀਕ ਹੈ। ਅਤੇ ਵੈੜ ਚੰਗੀ ਹੈ, ਚੁਵਾਈ ਬੈਸਟ ਲੱਗੀ ਆ। ਬਾਕੀ ਕਿਸੇ ਵੀਰ ਨੇ ਖਰੀਦਣੀ ਆ, ਰਕਮ ਲਾਉਣੀ ਆ, ਤੁਸੀਂ ਘਰ ਪਹੁੰਚ ਕੇ ਆਪਣੀ ਤਸੱਲੀ ਆ। ਹਰ ਵਾਰ ਹਰ ਵੀਡੀਓ ਦੇ ਵਿੱਚ ਆਪਾਂ ਕਹਿੰਦੇ ਜ਼ਰੂਰ ਹੁੰਦੇ, ਇੱਕ ਟਾਈਮ ਦੋ ਟਾਈਮ ਚੁਵਾਈ ਆਪਣੀ ਜ਼ਰੂਰ ਕਰ ਲਿਓ, ਠੀਕ ਹੈ। ਅਤੇ ਆਹ ਬੈਕ ਸਾਈਡ ਤੋਂ ਕਿਸੇ ਪਾਸੇ ਖੁੰਜੀ ਨਹੀਂ ਦੋਸਤੋ, ਥਣ ਦੇ ਵਾ ਜਿਹੜਾ ਬਿਲਕੁਲ ਪੱਧਰ ਹੈਗਾ। ਠੀਕ ਆ। ਅੱਛਾ ਵੀਰੇ, ਕਿੰਨੀ ਕੁ ਡਿਮਾਂਡ ਲੈਣ ਦੇਣ ਆਪਾਂ ਕੀ ਰੱਖੀ ਆ ਮੁੱਲ? ਜੀ ਆਪਾਂ ਬਿਲਕੁਲ ਲੈਣ ਦੇਣ ਵਾਲਾ ਹੀ ਕੰਮ ਕਰਾਂਗੇ, ਉਹ ਵੱਡਾ ਮੁੱਲ ਨਹੀਂ ਆਪਾਂ ਕਰਾਂਗੇ। ਆਪਾਂ 45,000 ਰੁਪਏ ਵਿੱਚੋਂ 1,000 ਖੰਡ ਮਾਣ ਤਣ ਕਰ ਦੇਣ, 45 ਦੇ ਵਿੱਚੋਂ 45,000 ਖੰਡ ਮਾਣ ਕਰ ਦੇਣ, ਠੀਕ ਹੈ ਜੀ। 45,000 ਦੇ ਵਿੱਚੋਂ ਭਰਾਵੋ 1,000 ਰੁਪਈਆ ਜਿਹੜਾ ਮਾਣ ਤਣ ਹੋ ਜਾਊਗਾ, 1,000 ਖੰਡ ਦਾ ਜਿਹੜਾ ਗੁੰਜਾਇਸ਼ ਆ ਉਹ 1,000 ਰੁਪਈਆ, ਠੀਕ ਹੈ। ਜਿੱਦਾਂ ਦਾ ਵੀਰ ਭਰਾ ਆਪਣਾ ਹੋਊਗਾ ਲੈਣ ਆਊਗਾ, ਹਾਂਜੀ ਕੋਈ ਗੱਲ ਨਹੀਂ, ਠੀਕ ਹੈ ਭਰਾ। ਅਤੇ ਬਾਕੀ ਪੂਰੀ ਭਰੋਸੇਯੋਗ ਚੀਜ਼ ਆ, ਭਰੋਸੇਯੋਗ ਹੋ ਗਈ ਕਿਸੇ ਵੀ ਆਪਣੇ 2 ਟਾਈਮ ਸੱਲੀ ਕਰ ਲਏ, ਕੋਈ 3 ਟਾਈਮ ਕਰ ਲਏ ਭਾਵੇਂ, ਹਾਂਜੀ ਟਾਣਾ ਦੀ ਗਰੰਟੀ ਹੈ ਬਿਲਕੁਲ ਸਾਫ, ਠੀਕ ਹੈ ਠੀਕ। ਇੱਕ ਥੋੜਾ ਜਿਹਾ ਐ ਨਾ ਵੀ ਥੋੜਾ ਇਸ ਟਾਈਮ ਪੱਠੇ ਡੱਕੇ ਦੀ ਘਾਟ ਵਿੱਚ ਸ਼ਾਰਟੇਜ ਆ, ਹਾਂਜੀ ਇਹ ਗੱਲ ਚੱਕਰ ਹੈ। ਨਹੀਂ ਤਾਂ 12-20 ਲੀਟਰ ਤਾਂ ਨਾਰਮਲ ਵੈੜ ਨੂੰ ਦੇਣਾ ਚਾਹੀਦਾ, ਇਹਨਾਂ ਦੋਗੇ ਕੱਦ ਕਾਠ ਵਾਲੀ, ਹਾਂਜੀ। ਤੇ ਫਿਲਹਾਲ ਜਿਹੜਾ ਦੋਸਤੋ ਤੁਸੀਂ, ਤੁਹਾਨੂੰ ਪਤਾ ਵੀ ਬਿਲਕੁਲ ਸੀਜ਼ਨ ਖਤਮ ਹੋ ਗਿਆ ਸਟਾਲੇ ਨਾਲ, ਬਿਲਕੁਲ। ਤੇ ਜਿਹੜਾ ਮੱਕੀ ਉਹ ਵੀ ਮਤਲਬ ਕਿਸੇ ਤੋਂ ਹੀ ਹੈ, ਬਿਲਕੁਲ ਜੀ ਬਿਲਕੁਲ। ਸੋ ਫਿਲਹਾਲ ਜਿਹੜੀ ਦੋਸਤੋ 45,000 ਹਾਂ ਨਾ ਵਾਲੀ ਜਿਹੜੀ ਡਿਮਾਂਡ ਹੈਗੀ ਆ, ਮੁੱਲ ਕਰਨ ਨੂੰ ਵੀਰਾਂ ਤੋਂ ਵੀ ਜਿੰਨਾ ਮਰਜ਼ੀ ਕਰੀਏ। ਪਹਿਲੇ ਜਿਹੜਾ ਦੱਸਦਾ ਸੀ ਵੀ 45,000 ਦੀ ਆਪਾਂ ਦੇ ਲਿਆ ਕਰਨੀ ਆ, ਉਹਦੇ ਵਿੱਚੋਂ ਜਿਹੜਾ 1,000 ਰੁਪਈਆ ਮਾਨਤਾ ਨਾ ਉਹ ਤੁਹਾਡਾ ਘਰ ਆਇਆਂ ਦਾ ਜ਼ਰੂਰ ਹੋ ਜੂਗਾ, ਠੀਕ ਆ। ਅਤੇ ਬਾਕੀ ਹਰ ਪਾਸਿਓਂ ਪੂਰੀ ਆ, ਅਤੇ ਫਿਰ ਵੀ ਜਿਹੜਾ ਦੋਸਤੋ ਵੀਡੀਓ ਨੂੰ ਤੁਸੀਂ 1-2 ਵਾਰੀ ਬੜੀ ਤਸੱਲੀ ਨਾਲ ਦੇਖ ਲਿਓ, ਹਰ ਪਾਸਿਓਂ ਦੇਖ ਲਿਓ, ਠੀਕ ਆ ਜੀ। ਥਣ ਲੇਵਾ ਦੇਖ ਲਿਓ, ਬਿਲਕੁਲ ਤੋਰ ਕੇ ਦਿਖਾਈ ਆ, ਹਰ ਪਹਿਲੂ ਤੋਂ ਦੇਖਣ ਤੋਂ ਬਾਅਦ, ਹਰ ਪੱਖ ਦੇਖਣ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਮਾਲਕ ਦੇ ਨਾਲ ਕਰ ਸਕਦੇ ਹੋ। ਬਾਕੀ ਵੀਰੇ ਤਦੋਂ ਪੌਣੇ ਕਿ 7 ਵਜੇ ਆਪਾਂ ਜਵਾਈ ਕਰਦੇ ਹਾਂ ਅੱਜ ਮੋਰਨਿੰਗ, ਇੰਨੇ ਕੁ ਵਜੇ ਕੀਤੀ ਹੈ? ਨਹੀਂ 7:15 ਤੋਂ 7:15 ਬਸ, ਠੀਕ ਹੈ ਵੀਰੇ। ਅਤੇ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦੇ ਦਈਏ। ਹਾਂਜੀ, ਮੇਰਾ ਸੰਪਰਕ ਨੰਬਰ ਵੀ 73-55 11-6-18, ਠੀਕ 11-6-18, ਹਾਂਜੀ ਠੀਕ ਹੈ। ਅਤੇ ਆਹ ਜਿਹੜੇ ਦੋਸਤੋ ਵੀਰ ਸਿਮਰਨ ਦੇ ਨੰਬਰ ਸੀਗੇ ਦੋਸਤੋ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਵੈੜ ਜਿਹੜੀ ਆਪਾਂ ਦਿਖਾਈਏ ਦੋਸਤੋ, ਬਹੁਤੇ ਵੀਰ ਜਿਹੜੇ ਨੇੜੇ ਤੇੜੇ ਇਲਾਕੇ ਦੇ ਆ, ਤੁਸੀਂ ਘਰ ਪਹੁੰਚ ਕੇ ਜਿਹੜੀ ਦੋਸਤੋ ਚੁਵਾਈ ਕਰ ਸਕਦੇ ਹੋ। ਜਿਹੜੇ ਵੀਰ ਕੋਈ ਦੂਰ ਦੁਰਾਡੇ ਬੈਠੇ ਔਨਲਾਈਨ ਸੌਦਾ ਕਰਨ ਬਾਰੇ ਸੋਚ ਰਹੇ ਹੋ, ਇੱਕ ਅੱਧੇ ਟਾਈਮ ਜਿਹੜੀ ਆ ਤੁਸੀਂ ਵਟਸਐਪ 'ਤੇ ਵੀਡੀਓ ਕਾਲ ਦੁਆਰਾ ਵੀ ਚੋ ਕੇ ਵੇਖ ਸਕਦੇ ਹੋ, 2 ਟਾਈਮ ਚੁਵਾਈ ਕਰਕੇ ਵੇਖ ਸਕਦੇ ਹੋ, ਸਾਈ ਬੈਨਾ ਪਾ ਕੇ, ਠੀਕ ਹੈ ਜੀ।
ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।